ਕੁੜੀ ਦਾ ਕਿਸੇ ਹੋਰ ਨਾਲ ਹੋ ਰਿਹਾ ਸੀ ਵਿਆਹ, ਪਰ ਪ੍ਰੇਮੀ ਦੇ ਕਹਿਣ ਤੇ ਵਰਮਾਲਾ ਪਾਉਣ ਲੱਗੀ ਕੁੜੀ ਨੇ ਕਰਤਾ ਆ ਕਾਂਡ। ਦੋਸਤੋ, ਅਕਸਰ ਹੀ ਹਰ ਇੱਕ ਮਾਂ ਪਿਓ ਆਪਣੇ ਧੀ ਪੁੱਤ ਦੇ ਵਿਆਹ ਲਈ ਵਧੀਆ ਅਤੇ ਚੰਗਾ ਪਰਿਵਾਰ ਭਾਲਦੇ ਨੇ, ਪਰ ਹੁਣ ਇੱਕ ਧੀ ਨੇ ਹੀ ਵਿਆਹ ਵਾਲੇ ਦਿਨ ਕਰ ਦਿੱਤਾ ਆ ਕੰਮ, ਜਿਸ ਦੀ ਕਿ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਜੋ ਵਿਆਹ ਵਾਲੀ ਕੁੜੀ ਤੁਹਾਨੂੰ ਦਿਖਾਈ ਦੇ ਰਹੀ ਹੈ, ਦਰਅਸਲ ਇਸ ਦੇ ਕਿਸੇ ਹੋਰ ਮੁੰਡੇ ਨਾਲ ਪ੍ਰੇਮ ਸੰਬੰਧ ਸੀ, ਪਰ ਇਸ ਦੇ ਮਾਂ ਪਿਓ ਨੇ ਕੁੜੀ ਦਾ ਰਿਸ਼ਤਾ ਕਿਸੇ ਹੋਰ ਮੁੰਡੇ ਨਾਲ ਪੱਕਾ ਕਰ ਦਿੱਤਾ। ਕੁੜੀ ਨੇ ਬਹੁਤ ਕਿਹਾ ਕਿ ਮੈਂ ਕਿਸੇ ਹੋਰ ਮੁੰਡੇ ਨੂੰ ਪਸੰਦ ਕਰਦੀ ਹਾਂ, ਪਰ ਕੁੜੀ ਦੇ ਮਾਂ ਪਿਓ ਨੇ ਕੁੜੀ ਦੀ ਇੱਕ ਨਾ ਸੁਣੀ। ਆਖਰ ਜਦੋਂ ਕੋਈ ਹੱਲ ਨਾ ਹੋਇਆ ਤਾਂ ਮੁੰਡਾ ਕੁੜੀ ਨੇ ਵਿਆਹ ਵਾਲੇ ਦਿਨ ਵਿਆਹ ਤੋੜਨ ਦੀ ਸਕੀਮ ਬਣਾ ਲਈ, ਤਾਂ ਕਿ ਫੇਰ ਕੁੜੀ ਦਾ ਕਿਤੇ ਹੋਰ ਵਿਆਹ ਨਾ ਹੋ ਸਕੇ। ਦਰਅਸਲ ਜਦੋਂ ਵਿਆਹ ਵਾਲੇ ਮੁੰਡਾ ਕੁੜੀ ਦਾ ਬਰਮਾਲਾ ਦਾ ਸ਼ਗਨ ਹੋਣ ਲੱਗਾ ਤਾਂ ਹੇਠਾਂ ਖੜੇ ਕੁੜੀ ਦੇ ਪ੍ਰੇਮੀ ਨੇ ਕੁੜੀ ਨੂੰ ਇਸ਼ਾਰਾ ਕੀਤਾ ਕਿ ਚੱਕ ਦੇ ਫੱਟੇ, ਤਾਂ ਕੁੜੀ ਅੱਖਾਂ ਚੜਾ ਕੇ ਇਸ ਤਰ੍ਹਾਂ ਨਾਟਕ ਕਰਨ ਲੱਗੀ ਜਿਵੇਂ ਕਿ ਕੁੜੀ ਵਿੱਚ ਕੋਈ ਜਿੰਨ ਆ ਗਿਆ ਹੋਵੇ। ਜਿਸ ਤੋਂ ਬਾਅਦ ਮੁੰਡੇ ਦੇ ਪਰਿਵਾਰ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਤੁਹਾਡੀ ਕੁੜੀ ਵਿੱਚ ਤਾਂ ਕੁਝ ਆਉਂਦਾ ਏ, ਅਸੀਂ ਆਪਣਾ ਮੁੰਡਾ ਨਹੀਂ ਫਸਾਉਣਾ। ਸੋ ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਕਿ ਕਿਸੇ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਇਸ ਤਰ੍ਹਾਂ ਦੀ ਸਕੀਮ ਲਾ ਕੇ ਵਿਆਹ ਤੜਵਾਇਆ ਹੋਵੇ। ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।